असा तुसें नहीं मरी ते एह् गल्ल है नहीं, कोई लोग क्या आखने जिथा जाने आने तुसें नहीं मरी ते बस जरा बंदा दर्दा ना मारे या है ये गल्ल जेड़ा बंदा जरा को आना जिसु कुदे फायद लबी जाए जिसु कुदे कोई लबी जाए ये गल्ल है माशाल्लाह माशाल्लाह। इन्हें ये मैं तरीका बड़ा पसंद है जनाब, देखो जनाब ये ऐसा जाने के अंदर ए भाई और माशाल्लाह। अस्सलाम वालेकुम, क्या हाल है जनाब? ठीक हो? उससे ठीक है, क्या नाम सुना? आकाशी अच्छा आकाशी के जगह तो बाईपास कोठली बाईपास माशाल्लाह माशाल्लाह। असें के नाल इतना जी ज्यादा कराओ जगह दसो असें। अच्छा तो जनाब असें में गुलार शरीफ देखो माशाल्लाह बड़ी खूबसूरत खलो खलो खूबसूरत मस्जिद है भाई और रशने पे असं जल्द आना अंदर जी असं जियारत कराओ थोड़ी जी। ये तो कुछ इधर बैठे हुए कुछ कुरान पाक पढ़ने पे तो भाई सारे ना जनाब जियारत कराओ सन ये जनाब उतर लामा सब बैठे हुए जी। अस्सलाम वालेकुम जनाब आई गए गुलार शरीफ माशाल्लाह तो ये जनाब हाफिज़ नाल है सारे ये जियारत करा सकते किन्ना किन्ना अंदर कबर है तो इस बारे ना इन्होंने को पूछता हूँ तो जी हाफिज़ साहब ये दरवाजा कदू खुला होना कदू होना टाइम है इस नाम करो या वा उस टाइम खुला है नहीं खुला था जाने लोग अंदर आ जाते अंदर नहीं जाने अंदर में से की इजाजत नहीं जाने इतनी ज्यारत करी तो लोग वापस हो जाते हैं इतनी ये ज्यारत करी लोग वापस हो जाते हैं बार में नहीं कुतरी तारीख एक तारीख होना ये कुछ होना जो सुबह के अच्छा खोल लें माशाल्लाह बिस्मिल्लाह रहमान रहीम जनाब कब्र मुबारक है तक मैं तो सुन दिसा ये दो कब्र थे जी कब्र मुबारक ये पहली किसनी है इस साइड वाली ये ली ਇਹ ਜਿਹਨਾਂ ਦੋ ਕਪੜਾ ਨੇ ਭਾਈ ਰਾਣ ਨੇ ਬਤਾਪ ਨਹੀਂ ਹੈ ਇਹ ਕੁਛ ਨਹੀਂ ਇਹ ਜਨਾਬ ਜਨਾਬ ਇਹ ਗੁਲਹਾਰ ਸ਼ਰੀਫ ਹੈ ਇੱਥੇ ਅਸਾਂ ਇਸ ਟਾਈਮ ਮੌਜੂਦ ਹਾਂ ਇਹ ਜਨਾਬ ਇੱਧਰ ਅੰਦਰ ਕੁਛ ਕੁਰਾਨ ਪਾਕ ਪੜ੍ਹਨੇ ਪਏ ਕੁਝ ਇੱਧਰ ਆਰਾਮ ਅੱਲਾ ਕਰੀ ਕੁਝ ਇੱਧਰ ਆਰਾਮ ਫਰਮਾਈ ਦੇ ਬਾਰਕ ਬੈਠਾ ਅਸਾਂ ਇਹ ਦੇਖੋ ਮੇਰੇ ਅੱਲਾਹ ਆਏ ਤੋ ਕਾਫੀ ਲੋਕ ਥਕਾਂ ਪਾਫ ਕੁਝ ਆਰਾਮ ਫਰਮਾ ਕੁਝ ਤਾਂ ਦਵਾ ਮੰਗਣੇ ਤੇ बहुत बड़ी मस्जिद है ये पढ़ो जी क्या लिखा हुआ हाजरी दे रहे हो कैसा महसूस होया सफर कैसा रहा जी सुकून लाभ गल माशाल्लाह अकीदत पक्की है कुछ लोग मसलन के
ਇੱਕ ਜਗ੍ਹਾ ਆਣੇ ਜੀ ਅਸਾਂ ਤੁਸਾਂ ਨੇ ਮਰੀਦ ਇਹ ਗੱਲ ਹੈ ਨਹੀਂ ਕੋਈ ਲੋਕ ਕਿਆ ਆਖਣੇ ਜਿੱਥਾ ਜਾਣੇ ਆਣੇ ਤੁਸਾਂ ਨੇ ਮਰੀਦ ਹੈ ਬਸ ਜਿਹੜਾ ਬੰਦਾ ਦਰਦਾਂ ਨਾਲ ਮਾਰੇ ਆ ਹੈ ਹੀ ਹੈ ਗੱਲ ਜਿਹੜਾ ਬੰਦਾ ਜਿਹੜਾ ਕੋ ਆਣਾ ਜਿੱਥੋਂ ਕੁਦਰ ਫਾਇਦਾ ਲੱਭੀ ਜਾ ਜਿੱਥੋਂ ਕੁਦਰੇ ਕੋਈ ਲੱਭੀ ਜਾ ਹੀ ਹੈ ਗੱਲ ਮਾਸ਼ਾਅੱਲਾ ਮਾਸ਼ਾਅੱਲਾ ਇਹਨਾਂ ਨੇ ਇਹ ਮੈਂ ਤਰੀਕਾ ਬੜਾ ਪਸੰਦ ਹੈ ਜਨਾਬ ਤੇ ਕੋਈ ਅੰਦਰ ਨਹੀਂ ਕੋਈ ਜਾਣਾ ਕਿਆ ਆਣੇ ਹੋ ਜਦ ਸਹੀ ਹੈ ਚੰਗਾ ਆਣੇ ਹੋ ਜੇ ਦੁਆ ਮੰਗਣੀ ਇੱਥੇ ਮੰਗੇ ਇਹ ਤਾਂ ਮਾਸ਼ਾਅੱਲਾ ਕਿੰਨੀ ਸੋਹਣੀ ਮਸਜਿਦ ਹੈ ਅਸਾਂ ਕੋਈ ਨਾ ਕਰੀ ਸਕਣੇ ਇਹ ਬੜੀ ਘੜੀ ਲੱਗੀ ਉਹ ਤੱਕ ਮਾਸ਼ਾਅੱਲਾ ਤੁਸੀਂ ਜੁੰਮੇ ਤੱਕ ਹੋਣੇ ਬਸ ਟਾਈਮ ਜੋ ਮਰਜ਼ੀ ਵੈ ਸਹੀ ਅੱਛਾ ਜਨਾਬ ਇਹ ਪੂਰੀ ਮਸਜਿਦ ਫੁੱਲ ਹੋਈ ਹੋਣੀ ਜਦੋਂ ਜੁਮਾ ਹੋਣਾ ਲੰਗਰ ਕਦਾ ਤਕਸੀਮ ਕੀਤਾ ਇੱਥੇ ਜੀ ਨਹੀਂ ਜੀ ਕਦਾ ਨਹੀਂ ਆਇਆ ਅੱਜ ਸਾਹਿਬ ਨਾਲ ਮੁਲਾਕਾਤ ਹੋਈ ਹੈ ਜਿਹੜੇ ਇੱਥੇ ਸਜਾਦਾ ਨਸ਼ੀਨ ਕਿੰਨੀ ਮੁਲਾਕਾਤ ਹੋਈ ਹੈ ਜੁਮੇ ਤੋਂ ਇਲਾਵਾ ਨਹੀਂ ਹੋਈ ਕਦੇ ਅੱਜ ਹੋਈ ਜਾ ਸੀ ਡਿਗਰੀ ਨਵਾਜ਼ ਬਾਅਦ ਜਮਾਤ ਕਰਾਉਣੇ ਨੇ ਠੀਕ ਸਿਸਟਮ ਨਹੀਂ ਹੈ ਸਹੀ ਠੀਕ ਸ਼ੁਕਰੀਆ ਜਨਾਬ ਜਨਾਬ ਇਹ ਦੇਖੋ ਗੁਲਾਰ ਸ਼ਿਫਾ ਆਈਆਂ ਤਾਂ ਜਨਾਬ ਦੂਸਰਾ ਮਰਲਾ ਮਸਜਿਦ ਨਾ ਇਹ ਤਿਆਰ ਹੋ ਹੀ ਰਿਹਾ ਬੱਲੇ ਬੱਲੇ ਇਹ ਦੇਖੋ ਇਹ ਪੱਖੇ ਲੱਗੇ ਵੇ ਉਹ ਪੱਖੇ ਲੱਗੇ ਵੇ ਇਹ ਦੇਖੋ ਜੀ ਹੁਣ ਸਾਰੀ ਜਗ੍ਹਾ ਪੱਖੇ ਲੱਗਣੇ ਪਏ ਬੱਲੇ ਬੱਲੇ ਉਹ ਦੇਖੋ ਮਸਜਿਦ ਹੀ ਮਸਜਿਦ ਇਹ ਦੇਖੋ ਜਨਾਬ ਜਗ੍ਹਾ ਹੀ ਜਗ੍ਹਾ ਮਾਸ਼ਾਅੱਲਾ ਇਹ ਹਾਂਜੀ ਜਨਾਬ ਬਹੁ ਇਹ ਕਿਤਨੇ ਸਟਾਪ ਹੈ ਥੱਲੇ ਇਹ ਸਾਰਾ ਗਰਾਊਂਡ ਕੋਲ ਆਸ਼ੀ ਹੋਣਾ ਉਹਦੇ ਨਾਲ ਗੱਡੀਆਂ ਤੇ ਖੱਲੀਆਂ ਉਸ ਇੱਥੇ ਸਾਰਾ ਅੱਛਾ ਦੇਗਾ ਹੀ ਦੇਗਾ ਹੋਣੀ ਇੱਥੇ ਸਹੀ ਕਾਫੀ ਰਸ਼ ਹੋਣਾ ਅਪਰ ਇੱਥੇ ਔਰਤਾਂ ਨਾਲ ਵੀ ਜ਼ਿਆਦਾ ਹੋਇਆ ਤਾਂ ਫਿਰ ਸਹੀ ਤੁਸੀਂ ਔਰਤਾਂ ਨੇ ਜਦੋਂ ਹੋਇਆ ਉਸ ਆਏ ਹੋ ਨਹੀਂ ਨਹੀਂ ਉੱਪਰ ਨਹੀਂ ਸਹੀ ਨਾ ਜੇ ਕੋਈ ਸਵਾਰੀ ਦਿਖਾਉਣੇ ਤੇ ਉਹ ਮਰਦ ਕਿਤੇ ਜਾਣੇ ਅੱਛਾ ਇੱਧਰ ਨਹੀਂ ਛਿੰਦਣੇ ਸਹੀ ਸਹੀ ਤੇ ਜਿਹੜੀ ਔਰਤਾਂ ਦਾ ਸਿਸਟਮ ਅੱਛਾ ਅੱਛਾ ਉਹ ਉਦੋਂ ਤਿਆਰ ਹੋ ਜਾਂਦਾ ਵੈਸੇ ਕਿਤਨਾ ਰਕਬਾ ਸੀ ਇਹਨਾਂ ਨੇ ਗੁਲਾੜ ਸ਼ੀਨ ਵਾਲੇ ਨਾ ਕੋਈ ਲਾਉਣ ਨਹੀਂ ਇਹ ਸਾ ਕਿਤਾਬ ਨਹੀਂ ਸਾਥ ਚਲਤਾ ਹੈ ਮੇਰੇ ਦਿਲ ਕੇ ਧੜਕਨੇ ਕੀ ਭੀ ਵੋ ਰਫਤਾਰ ਸੁਣਤੇ ਹੈ ਮੁਜ਼ੱਫਰ ਜਬ ਕਿਸੀ ਮਹਿਫਿਲ ਮੇਂ ਉਨਕੀ ਨਾਤ ਪੜ੍ਹਤਾ ਹੂੰ ਮੇਰਾ ਈਮਾਨ ਹੈ ਵੋ ਭੀ ਮੇਰੇ ਅਸ਼ਆਰ ਸੁਣਤੇ ਹੈ ਹੁਵਲ ਹਬੀਬ ਅਲਜ਼ੀ ਤੁਰਜਾ ਸ਼ਫਾਅਤੁਹੁ ਅਹਵਾਲੀ ਮੁਕਤਹੀਮੀ
مولا یا صلی وسلم دائما ابدا علی حبیب خلق کلهم میں گدا تو بادشاہ میں گدا تو بادشاہ میں گدا تو بادشاہ بھر دے پیالہ نور کا نور دن دونا تیرا دے ڈال صدقہ نور کا کاف کے سہاگہن یا برو آنکھیں عین صاد کاف حیا عین صاد ان کا ہے چہرہ نور کا چانو